हाँ जी, सत श्री अकाल जी सारिया। आई होप कि तुम सारे वधिया होवोगे। तुहाडा सारिया का स्वागत साडे ब्लॉग च, जिहदा नाम इत्थे किते वी आउंदा होणा आ। होर सब वधिया, ते साडा कोई भी ब्लॉग 10-12 दिनां तों नहीं आ सकिया क्योंकि असीं सीगे बिजी, ते हुण साडे रैगूलर ब्लॉग आउणे शुरू हो जाणे आ। बस अज तों शुरू आ, बस ब्लॉग शुरू कर लिया आ। पता नहीं किहड़ा ब्लॉग वा, किहदे उत्ते बनना आ, कुछ नहीं पता है। बस हुण माड़ा चले सी घूमण फिरन। आ मुंडा चैक करो, स्माइल। होर जी वधिया वधिया, बाद चले सी माड़ा जिहा मालपुर नूं। टॉप लागे लो भी मुंडिया लोकेशन नहीं पसंद आई ओ उ जाना हूं अगे धुप चले गां चले फिर मिलते हैं चल तू आ जाइए साढ़े मिनट लै जाओ चलो चलिए आ जाओ चलो भाजी देखो फिर हूँ अभी जा रहे हैं उपर करो उपर दूर चले दूर ਪਹਿਲਾਂ ਸਾਡਾ ਰਾਹ ਚੈੱਕ ਕਰੋ ਕਿੰਨਾ ਪੱਕਾ ਹੈ
ਇੱਕ ਵੀ ਨਹੀਂ ਇੱਥੇ ਮਿੱਟੀ ਗਾਰਾ ਮਿੱਟੀ ਕੁਛ ਨਹੀਂ ਪਾਣੀ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਹੈਗਾ ਵਾਟਰ ਕਹਿੰਦਾ ਭਾਜੀ ਉੱਥੇ ਰੋਟੀ ਰੋਟੀ ਨਹੀਂ ਚੱਲਦੀ ਸਾਰਾ ਅਸੀਂ ਰੋਟੀ ਖਾਣ ਚੱਲੇ ਸਾਨੂੰ ਘਰ ਸੱਦੇ ਵੀ ਜਾਣਦੇ ਭਾਜੀ ਉੱਥੇ ਰੋਟੀ ਰੋਟੀ ਨਹੀਂ ਚੱਲਦੀ ਲੱਲੂ ਵੇਖ ਦਿੰਦਾ ਯਾਰ ਕਹਿੰਦੀ ਜਾਣਾ ਹੁਣ ਯਾਰ ਮੰਨੀ ਚਲੀਏ ਆਪਾਂ ਇਹਨਾਂ ਜਾਣਾ ਦੇ ਤੁਰ ਕੇ ਜਾਂਦੇ ਆ ਮਗਰ ਨੂੰ ਉਹ ਦੇਖ ਲਓ ਹਲੇ ਵੀ ਮੌਕਾ ਆ ਚਲੋ ਚਲੀਏ ਹਲੇ ਵੀ ਮੌਕਾ ਚਲੋ ਚਲੀਏ ਸਬਰਸ ਨੀ ਹੋਈ ਜੀ ਚੱਲ ਤੂੰ ਨਿਕਲ ਨੀ ਲੱਗੇ ਮੈਂ ਲਓ ਜੀ ਅੱਧਾ ਲੈਵਲ ਤਾਂ ਹੋ ਗਿਆ ਪਾਰ ਤੁਹਾਡਾ ਅੱਧਾ ਗੇਮ ਦਾ ਲੈਵਲ ਰਹਿ ਗਿਆ ਅੱਧਾ ਰਹਿ ਗਿਆ ਜੇ ਉੱਥੇ ਜਾ ਕੇ ਵੀ ਇਹਨਾਂ ਬੰਦੇ ਨਾ ਨਾ ਸਵਾਦ ਆਇਆ ਜੀ ਬਸ ਹੁਣ ਤਾਂ ਕਹਿੰਦੇ ਵੀ ਜਾਣਾ ਹੀ ਆ ਤੁਰ ਜੋ ਮਰਜ਼ੀ ਹੋ ਜਾਵੇ ਕਹਿੰਦੇ ਜਾਣਾ ਹੀ ਜਾਣਾ ਆ ਬੰਦੇ ਸਾਡੇ ਅੱਗੇ ਔਖੇ ਹੋਏ ਹੋ ਮਗਰ ਮੈਂ ਕਹਿੰਦਾ ਝੂਠ ਕਹਿਣਾ ਭਾਜੀ ਦੱਸ ਲੈ ਝੂਠ ਕਹਿਣਾ ਦੱਸ ਲੈ ਆਗੇ ਆਗੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਨਹੀਂ ਆਉਣਾ ਸੀ ਸਾਨੂੰ ਆਉਣਾ ਨੀ ਚਾਹੀਦਾ ਸੀ ਇੱਥੇ ਉਹ ਇੱਕ ਸਾਲਾ ਜਿਹੜਾ ਸਾਨੂੰ ਬੰਦਾ ਟੱਕਰਿਆ ਕਹਿੰਦਾ ਭਾਜੀ ਜਗ੍ਹਾ ਦੇਖਣੇ ਵਾਲੀ ਆ ਕਹਿੰਦਾ ਜਗ੍ਹਾ ਤਾਂ ਦੇਖਣੇ ਵਾਲੀ ਆ ਸਾਲੇ ਨੇ ਸਾਨੂੰ ਬਤਾ ਕੇ ਰੱਖਤਾ ਝਰਨੇ ਚੱਲਦੇ ਉੱਧਰ ਤਾਂ ਝਰਨੇ ਅਸੀਂ ਤਾਂ ਪਹਿਲਾਂ ਮੋੜਨ ਲੱਗੇ ਸੀ ਕਹਿੰਦਾ ਭਾਜੀ ਝਰਨੇ ਚੱਲਦੇ ਬਹੁਤ ਕਹਿੰਦਾ ਭਾਜੀ ਝਰਨੇ ਚੱਲਦੇ ਆ ਬੰਦੇ ਸਾਡੇ ਮਗਰ ਆਉਂਦੇ ਪਏ ਆਉਂਦੇ ਲਾਭੀ ਕਿੰਨੀ ਦੂਰ ਆ ਥੱਲੇ ਤਾਂ ਜੀ ਥੋੜੀ ਦੂਰ ਆ ਥੱਲੇ ਤਾਂ ਜੀ ਥੋੜੀ ਦੂਰ ਆ ਹੈਂ ਕਹਿੰਦੇ ਫੋਟੋ ਸ਼ੂਟ ਕਰ ਲਈਏ ਲੋਕੇਸ਼ਨ ਵਧੀਆ ਆਉਂਦੀ ਹੈ ਸਾਰੇ ਬੋਲੋ ਤੁਹਾਨੂੰ ਕਿੱਦਾਂ ਲੱਗਾ ਇੱਥੇ ਆ ਕੇ ਤੁਹਾਨੂੰ ਕਿੱਦਾਂ ਦੀ ਲੋਕੇਸ਼ਨ ਲੱਗੀ ਬੰਦੇ ਨੂੰ ਪਤਾ ਕਰੋ ਕਿ ਇੱਥੇ ਦਾ ਸੀ ਉਹ ਕਹਿੰਦਾ ਭਾਜੀ ਜਗ੍ਹਾ ਜਗ੍ਹਾ ਤਾਂ ਉਹੀ ਦੇਖਣੇ ਵਾਲੀ ਆ ਜੀ ਝਰਨੇ ਝਰਨੇ ਦੇਖੋ ਜੀ ਫੋਟੋ ਸ਼ੂਟ ਹੁੰਦਾ ਇੱਧਰ ਅੰਗਰੇਜ਼ ਜਿਹੜਾ ਬਾਹਰੋਂ ਆਇਆ ਇਹ ਕਰਨ ਲੱਗਾ ਆ ਫੋਟੋ ਸ਼ੂਟ ਵਾਰੀ ਵਾਰੀ ਸਿਰ ਕਹਿੰਦੇ ਆਈ ਚਲੋ ਫੋਟੋ ਸ਼ੂਟ ਹੋਈ ਜਾਣਾ ਲੋਕੇਸ਼ਨ ਦੇਖ ਲਓ ਜਾਣਾ ਤਾਂ ਅਸੀਂ ਜਿੱਦਾਂ ਜਾਣ ਕੇ ਬਹੁਤ ਗਾਂਹ ਸੀਗਾ ਤੇ ਹੁਣ ਟਾਈਮ ਬਹੁਤ ਜਾਣ ਕੇ ਹੋ ਜਾਣਾ ਬਈ ਹੁਣ ਅਸੀਂ ਜਾਣ ਕੇ ਇੱਥੋਂ ਹੀ ਮੁੜ ਜਾਣਾ ਹੁਣ ਗਾਂਹ ਸਾਨੂੰ ਪਤਾ ਨਹੀਂ ਹੈਗਾ ਜਾਣ ਕੇ ਜੰਗਲ ਏਰੀਆ ਜਿਹਾ ਬਾਹਲਾ ਜ਼ਿਆਦੇ ਆ ਤੇ ਬਸ ਇੱਥੋਂ ਕੇ ਫੋਟੋਆਂ ਖਿੱਚ ਕੇ ਇੱਥੋਂ ਕੇ ਮੁੜ ਜਾਣਾ ਆਹ ਚੈੱਕ ਕਰੋ ਤੁਸੀਂ ਡਾਇਰੈਕਟਰ ਸਾਹਿਬ ਸਾਡੇ ਚੈੱਕ ਕਰੋ ਕੀ ਕਰਦੇ ਆ ਇਹ ਡਾਇਰੈਕਟਰ ਸਾਹਿਬ ਤੁਹਾਨੂੰ ਮੈਂ ਦਿਖਾਉਣਾ ਚੰਗੀ ਤਰ੍ਹਾਂ ਦੇਖੋ ਡਾਇਰੈਕਟਰ ਸਾਹਿਬ ਆਹ ਦੇਖੋ ਤੁਸੀਂ ਆਹ ਪਿੱਛੇ ਨਾਲ ਡੀ ਓ ਪੀ ਵੀ ਲੱਲੂ ਖੜਾ ਆ ਆਹ ਦੇਖੋ ਜੀ ਏਦਾਂ ਵੀ ਕੋਈ ਫੋਟੋਆਂ ਖਿੱਚਦਾ ਹੁੰਦਾ ਬੈਠ ਕੇ ਕਿੱਦਾਂ ਲੱਗਾ ਆ
ਆ ਬੰਦਾ ਦੇਖੋ ਇਧਰ ਆ ਇਹ ਸ਼ਿਕਾਰ ਨੂੰ ਜਾਣਾ ਸੱਚ ਕਹਿੰਦਾ ਰਾਤ ਨੂੰ ਹੋਏ ਚੱਲ ਚਲੀ ਟਾਈਮ ਬਹੁਤ ਹੋ ਗਿਆ ਟਾਈਮ ਕਹਿੰਦਾ 7 ਵਜੇ ਆ ਚੱਲ ਉੱਠੋ ਯਾਰ ਆ ਦੇਖੋ ਅਜੇ ਵੀ ਹੋਣ ਵੀ ਖਚਾਉਣ ਨੂੰ ਕਰਦਾ ਅਜੇ ਇੱਕ ਫੋਟੋ ਨੂੰ ਖਿੱਚੀ ਦੀ ਗੱਲ ਦੇਖੋ ਜੀ ਆ ਦੰਦ ਕੱਢੀ ਆ ਖੱਟੇ ਇਹ ਪਜਾਮਾ ਪਤਾ ਇਹਨੇ ਕਿਹਦਾ ਪਾਇਆ ਜੀ ਇਹਨੇ ਆਪਣਾ ਠਵਾਣੇ ਮੋਲ ਵਾਲੇ ਦਾ ਚਲੋ ਹੁਣ ਤੁਸੀਂ ਯਾਰ ਹਿਲਦੇ ਨੀ ਦੱਸ ਇੰਨਾ ਵੀ ਕੀ ਕਹਿ ਬਿਸ਼ਰਮ ਬੰਦਾ ਯਾਰ ਦੇਖੋ ਆ ਦੇਖੋ ਪਹਿਲਾਂ ਕਹਿੰਦਾ ਜਾਣਾ ਲਾ ਕੇ ਬਹਿ ਗਿਆ ਦੇਖੋ ਏਦਾਂ ਕੋਈ ਫੋਟੋਆਂ ਖਿੱਚਦਾ ਜੀ ਇਹ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਏਦਾਂ ਦੇ ਬੰਦੇ ਇਹ ਕਾਹਾ ਆ जिथे दूर दूर तक कोई नहीं दीदा देख लो पता नहीं किथे आ गए अभी चल के ना हफ्ते दो हफ्त्या बाद ब्लॉग शूट कर लगे साडा टाइम जी हूं आप चले घर न ਸਾਨੂੰ ਬੰਦਾ ਮਿਲਿਆ ਇੱਕ ਇੱਧਰ ਅਤੇ ਉਹ ਕਹਿੰਦਾ ਸੱਚੀ ਮਿਲਿਆ ਝੂਠ ਨਾ ਲਾਉਂਦੇ ਹੋ ਕਿੱਧਰ ਕੋਈ ਬੰਦਾ ਹੈ ਨਹੀਂ ਸੱਚੀ ਮਿਲਿਆ ਸੀ ਉਹ ਘਰ ਜੇ ਅਤੇ ਉਹ ਕਹਿੰਦਾ ਭਾਅ ਜੀ ਹਲੇ 5 ਕਿਲੋਮੀਟਰ ਉੱਪਰ ਹੈਗਾ ਆ ਕਹਿੰਦਾ ਜਾਣ ਕੇ ਤੁਹਾਨੂੰ ਅੱਧਾ ਹਾਂ 7-8 ਵੱਜ ਜਾਣੇ ਕਹਿੰਦਾ ਜਾਂਦੇ ਹੋਏ ਆਪਾਂ ਕਿਹਾ ਚੱਲ ਆਪਾਂ ਵਿਹਲੇ ਟਾਈਮ ਆਵਾਂਗੇ ਨਾ ਇੱਧਰ ਫੋਨ ਦੀਆਂ ਰੇਂਜਾਂ ਨਾ ਇੱਧਰ ਰੇਂਜ ਰੂੰਜ ਕੋਈ ਅਤੇ ਆਪਾਂ ਆ ਸਾਡੇ ਬੰਦੇ ਤੂੰ ਦੇ ਕਹੇ ਤਾਂ ਹੈਗਾ ਤੂੰ ਤਾਂ ਕਹਿੰਦੇ ਆਏ ਨਹੀਂ ਤਾਂ ਮੈਂ ਤਾਂ ਕਦੀ ਵੀ ਨਹੀਂ ਇੱਧਰ ਨੂੰ ਬੰਦੇ ਸਾਡੇ ਡਿੱਗਣ ਲੱਗੇ ਅਤੇ ਹੁਣ ਦੇਖਦੇ ਆ ਵੀ ਕਿਆ ਬਣਦਾ ਕਿਸੇ ਦਿਨ ਵਿਹਲੇ ਹੋ ਕੇ ਫੇਰ ਆਵਾਂਗੇ ਵਿਹਲੇ ਹੋਈਏ ਤਾਂ ਵੀ ਨਹੀਂ ਆਉਣਾ ਵਿਹਲੇ ਹੋਏ ਤਾਂ ਵੀ ਨਹੀਂ ਆਉਣਾ ਤੈਨੂੰ ਭਾਈ ਹਾਰ ਕੇ ਜਾਣਾ ਅੱਛਾ ਹੁਣ ਹਾਰ ਕੇ ਜਾਣਾ ਚਲੋ ਮਿਲਦੇ ਆ ਫੇਰ ਲਓ ਜੀ ਬਲੌਗ ਦਾ ਅਸੀਂ ਐਂਡ ਉਦਾਂ ਪਹਿਲੇ ਹੀ ਕਰਤਾ ਸੀਗਾ ਅੱਜ ਗਿੱਲ ਸਾਹਿਬ ਦਾ ਬਰਥਡੇ ਵੀ ਸੀਗਾ ਕੇਕ ਲੱਗੇ ਆ ਹੁਣ ਕੱਟਣ ਗਿੱਲ ਸਾਹਿਬ ਹੈਪੀ ਬਰਥਡੇ ਚਲੋ ਫਿਰ ਲਓ ਜੀ ਆਓ ਗਿੱਲ ਸਾਹਿਬ ਉਹ ਸਿੱਧੇ ਵਿੱਦੇ ਅੰਗਰੇਜ਼ ਸਾਹਿਬ ਇੱਧਰ ਖੜੇ ਆ ਚਲੋ ਗਿੱਲ ਸਾਹਿਬ ਹੁਣ ਕਹੀ ਨਾ ਕੱਢਣ ਹਾਂਜੀ ਦੋ ਆਪਣੇ ਆਪਣੇ ਵਿਚਾਰ ਤੁਹਾਨੂੰ ਟੀਵੀ ਘੱਟ ਕਿੱਦਾਂ ਦਾ ਲੱਗਾ ਨਹੀਂ ਘੱਟੀਆਂ ਵਧੀਆ ਅੱਗੇ ਤੋਂ ਪਰ ਆਉਣਾ ਨਹੀਂ ਬਸ ਇੰਨੀ ਗੱਲ ਆ ਰਾਜ ਧੁੱਪੇ ਆਣਾ ਧੁੱਪੇ ਵੀ ਨਹੀਂ ਆਉਣਾ ਧੁੱਪੇ ਵੀ ਨਹੀਂ ਆਉਣਾ ਜੇ ਵਿਹਲੇ ਵੀ ਆਈਓ ਤਾਂ ਵੀ ਨਹੀਂ ਇੱਧਰ ਨੂੰ ਆਉਣਾ ਹੁਣ ਨਹੀਂ ਆਉਣਾ ਕਹਿੰਦੇ ਹੋਰ ਕਿਤੇ ਦੇਖਾਂਗੇ ਹੋਰ ਕਿਤੇ ਦੇਖਾਂਗੇ ਹੁਣ ਨਵੀਂ ਜਗ੍ਹਾ ਤੇ ਘਾਟੀ ਤੇ ਜਾਵਾਂਗੇ ਚੀਨੀ ਤੇ ਨਹੀਂ ਆਉਣਾ ਸਾਰ ਨਾਲੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਤੇ ਬਲੌਗ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਦੱਸੀ ਦੱਸੀ ਲਾਈਕ ਕਮੈਂਟ ਵੀ ਕਰ ਦਿਓ ਤੇ ਬਲੌਗ ਸਾਡਾ ਕਿੱਦਾਂ ਲੱਗਾ ਲੱਗਾ ਬਲੌਗ ਤੇ ਫਿਰ ਮਿਲਦੇ ਹਾਂ ਅਗਲੇ ਬਲੌਗ ਚ ਬਾਏ ਬਾਏ ਕਰ ਦਿਓ ਫਿਰ ਓਕੇ ਓਕੇ ਰਿਪੋਰਟ।